ਪੰਜਾਬ ਸਰਕਾਰ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ, ਮੁੱਖ ਮੰਤਰੀ ਪੰਜਾਬ ਨੂੰ ਇਹ ਦੱਸਣਾ ਚਾਹੁੰਦੇ ਹਾਂ, DGP ਪੰਜਾਬ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਕੌਮ ਸਿੱਖ ਕੌਮ ਅਸੀਂ ਕੈਂਡਲ ਚੱਕਣ ਵਾਲੇ ਨਹੀਂ ਹੁੰਦੇ। ਜੋ ਵੀ ਅਸੀਂ ਹੱਕ ਹਕੂਕ ਲਏ ਨੇ, ਅਸੀਂ ਖੰਡੇ ਦੀ ਧਾਰ 'ਤੇ ਲਏ ਨੇ, ਅਸੀਂ ਆਪਦੇ ਸੰਘਰਸ਼ਾਂ 'ਚ ਲਏ ਨੇ, ਪਰ ਸਾਨੂੰ ਤੁਸੀਂ ਇਹ ਮਜਬੂਰ ਨਾ ਕਰੋ ਕਿ ਅਸੀਂ ਆਪਦਾ ਰੂਪ ਅਸਲ 'ਚ ਆ ਕੇ ਇਨਸਾਫ ਲੈ ਸਕੀ। ਸਾਨੂੰ ਪੰਜਾਬ ਸਰਕਾਰ 'ਤੇ, DGP 'ਤੇ ਇਹ ਗੱਲ ਪਹੁੰਚਦੀ ਕਰਨੀ ਚਾਹੀਦੀ ਹੈ ਕਿ ਇਕੱਲੇ ਉਹ ਬਦਮਾਸ਼ਾਂ ਨੂੰ ਮਾਰ ਕੇ ਜਿਹੜੇ 50,000 ਲੱਖ 5 ਲੱਖ ਦੀ ਸੁਪਾਰੀਆਂ ਲੈ ਕੇ ਪੈਸਿਆਂ ਦੇ ਲਾਲਚ 'ਚ ਆ ਕੇ ਕਿਸੇ ਦਾ ਧੀ ਪੁੱਤ ਮਾਰ ਦਿੰਦੇ ਹਨ, ਉਹਨਾਂ ਦਾ ਇਨਕਾਊਂਟਰ ਕਰਕੇ ਇਹ ਗੱਲ 'ਤੇ ਪੜਦਾ ਨਹੀਂ ਪੈਣਾ। ਜਿਨ੍ਹਾਂ ਚਿਕਰ ਤੁਸੀਂ ਅਸਲ ਦੋਸ਼ੀਆਂ ਨੂੰ, ਚਾਹੇ ਦੀ ਗੋਲਡੀ ਬਰਾਡ ਹੋ ਗਿਆ, ਚਾਹੇ ਦੀ ਮੈਂ ਤਾਂ ਪਹਿਲੇ ਦਿਨ ਤੋਂ ਉਹ ਦੋਸ਼ੀ ਵੀ ਮੰਨਦਾ ਆਉਣਾ ਜਿਹੜੀ ਪੰਜਾਬ ਪੁਲਿਸ, ਚਾਹੇ ਦੀ SSP ਮਾਨਸਾ ਹੋ ਗਿਆ, ਇੰਟੈਲੀਜੈਂਸ ਮਾਨਸਾ ਹੋ ਗਿਆ, CID ਮਾਨਸਾ ਹੋ ਗਿਆ, ਉਹਨਾਂ ਦੇ ਮੁਖੀਆਂ ਨੂੰ, DGP ਨੂੰ ਵੀ ਉਹ ਕਟਹਿਰੇ ਵਿੱਚ ਖੜਾ ਕਰਦਾ ਆਉਣਾ। ਕਿਉਂਕਿ ਸਿੱਧੂ ਮੂਸੇਵਾਲਾ ਇੱਕ ਆਮ ਪਰਿਵਾਰ ਦਾ ਧੀ ਪੁੱਤ ਨਹੀਂ ਸੀ। ਹਾਂ, ਉਹ ਜਨਮਿਆ ਜ਼ਰੂਰ ਇੱਕ ਆਮ ਪਰਿਵਾਰ 'ਚੋਂ, ਸਧਾਰਨ ਪਰਿਵਾਰ 'ਚੋਂ ਸੀਗਾ, ਪਰ ਉਹਦੀ ਪਾਪੂਲੈਰਿਟੀ ਪੂਰੇ ਵਿਸ਼ਵ ਤੱਕ ਉਹਦੀ ਆਵਾਜ਼ ਗੂੰਜਦੀ ਸੀ, ਜਿਸਦਾ ਅਹਿਸਾਸ ਸਾਨੂੰ ਉਹਦੀ ਫੌਤ ਤੋਂ ਬਾਅਦ ਪਤਾ ਲੱਗਿਆ ਵੀ ਜਿਸ ਤਰ੍ਹਾਂ ਕਾਲਿਆਂ ਨੇ, ਗੋਰਿਆਂ ਨੇ, ਪੰਜਾਬੀਆਂ ਨੇ ਤਾਂ ਕਰਨੀ ਕਰਨਾ ਕਿਵੇਂ ਅਫਸੋਸ ਜਤਾਇਆ ਅਤੇ ਉਹਦੇ ਗਾਣੇ ਚਲਾ ਚਲਾ ਕਿਵੇਂ ਉਹਨੂੰ ਸ਼ਰਧਾ ਦਿੱਤੀ। ਅਸੀਂ DGP ਅਤੇ ਮੁੱਖ ਮੰਤਰੀ ਤੱਕ ਇਹ ਮੰਗ ਵੀ ਰੱਖਦੇ ਹਾਂ, ਸਾਨੂੰ ਨਹੀਂ ਪਤਾ ਵੀ ਕੱਲ੍ਹ ਨੂੰ ਸਾਡੇ ਬਾਪੂ ਜੀ ਬਲਕੌਰ ਸਿੰਘ ਜੀ ਨੇ ਕੀ ਮੰਗ ਰੱਖਣੀ ਹੈ। ਪਰ ਮੈਂ ਪਹਿਲੇ ਦਿਨ ਤੋਂ ਇਹ ਗੱਲ 'ਤੇ ਜ਼ੋਰ ਦਿੰਦਾ ਆਉਣਾ ਕਿ ਵੀ ਜਿਹੜੇ ਪੁਲਿਸ ਅਧਿਕਾਰੀ ਸੀ, ਕਿਉਂਕਿ ਜਦੋਂ ਉਹ ਕੋਈ ਨਾਮੀ ਗੈਂਗਸਟਰ, ਨਾਮੀ ਕੋਈ ਬਦਮਾਸ਼ ਨੂੰ ਫੜਦੇ ਨੇ ਜਾਂ ਉਹਨੂੰ ਮਾਰ ਮੁਕਾਉਂਦੇ ਨੇ, ਤਾਂ ਉਹਨਾਂ ਦੇ ਮੁਖੀਆਂ 'ਤੇ ਕੋਈ ਵੀ STF ਹੋਊਗੀ, ਕੋਈ ਵੀ ਜੇ ਕੋਈ ਜ਼ਿਲ੍ਹੇ ਦਾ ਅਧਿਕਾਰੀ ਕੰਮ ਕਰਦਾ ਤਾਂ ਉਹ ਜ਼ਿਲ੍ਹੇ ਦੇ ਮੁਖੀ 'ਤੇ ਇੱਕ ਮੈਡਲ ਲੱਗਦਾ। ਪਰ ਜਦੋਂ ਉਹਨਾਂ ਦੀ ਕੋਈ ਕੁਤਾਹੀ ਹੁੰਦੀ ਹੈ, ਉਹਨਾਂ ਦੀ ਕੋਈ ਢਿੱਲ ਹੁੰਦੀ ਹੈ, ਤਾਂ ਉਹਨਾਂ ਨੂੰ ਦੋਸ਼ੀ ਕਿਉਂ ਨਹੀਂ ਬਣਾਇਆ ਜਾਂਦਾ? ਅਸੀਂ ਇਹ ਮੰਗ ਕਰਦੇ ਹਾਂ ਵੀ ਉਹ ਸਮੇਂ ਦੇ ਜੋ SSP ਸੀਗੇ, ਜੋ ਇੰਟੈਲੀਜੈਂਸ ਸੀਗੀ, ਜੋ CID ਸੀਗੀ, ਕਿ ਉਹਨਾਂ ਨੇ ਰਿਪੋਰਟ ਨਹੀਂ ਭੇਜੀ? ਕਿ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਨੂੰ ਸਿੱਧੂ ਮੂਸੇਵਾਲੇ ਨੂੰ ਫੋਨ ਕਰਕੇ ਕੋਈ ਧਮਕੀਆਂ ਦੇ ਰਿਹਾ, ਕੋਈ ਫਰੌਤੀਆਂ ਮੰਗ ਰਿਹਾ? ਕਿ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਜੇ ਅਸੀਂ ਇਹਦੀ ਸਿਕਿਉਰਿਟੀ ਦੀ ਕੋਈ ਗੱਲ ਜਨਤਕ ਕਰਦੇ ਹਾਂ? ਨਾ ਸਾਨੂੰ ਅੱਜ ਤੱਕ ਇਹ ਪਤਾ ਲੱਗਿਆ ਵੀ ਉਹ ਜਨਤਕ ਕਿਹਨੇ ਕੀਤਾ? ਇਕੱਲਾ ਕਿਸੇ ਗਰੀਬ ਦਾ ਪੁੱਤ ਮਾਰ ਕੇ, ਉਹ ਗੈਂਗਸਟਰ ਮਾਰ ਕੇ, ਜਿਹੜੇ ਗੈਂਗਸਟਰਾਂ ਨੇ ਪੈਸੇ ਦੇ ਲਾਸ 'ਚ ਆ ਕੇ ਬਦਮਾਸ਼ਾਂ ਨੇ ਇੱਕ ਘਰ ਦਾ ਚਿਰਾਗ ਬੁਝਾ ਤਾ, ਇਕੱਲਾ ਉਹਨੂੰ ਇੱਕ ਤਰ੍ਹਾਂ ਦਾ ਗੋਲੀਆਂ ਚਲਾ ਕੇ ਉਹਨੂੰ ਮਾਰ ਦੇਣਾ, ਇਹ ਇਨਸਾਫ਼ ਨਹੀਂ ਹੈ। ਸੋ ਅਸੀਂ ਕੱਲ੍ਹ ਨੂੰ ਪਹੁੰਚੀਏ ਸਮੁੱਚੇ ਪੰਜਾਬੀ ਅਤੇ ਉਹਨੂੰ ਨੌਜਵਾਨਾਂ ਨੂੰ ਅਪੀਲ ਹੈ। ਖਾਸ ਕਰਕੇ ਮੈਂ ਇਹ ਦਿਨਾਂ 'ਚ ਨੌਜਵਾਨ ਮੁਰਝਾਏ ਦੇਖੇ ਨੇ, ਜਦੋਂ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਅਤੇ ਬਹੁਤ ਸਾਰੇ ਨੌਜਵਾਨਾਂ ਨਾਲ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਯਾਰ ਇੱਥੇ ਪੰਜਾਬ 'ਚ ਸਾਡਾ ਕੁਛ ਨਹੀਂ ਵੱਟੀਦਾ। ਜਿਹੜੇ ਬੰਦਾ ਆਪਦੀ ਖੇਤੀ ਨੂੰ ਪਿਆਰ ਕਰਦਾ, ਆਪਦੇ ਪਿੰਡ ਨੂੰ ਪਿਆਰ ਕਰਦਾ, ਉਹ ਬਾਹਰ ਨਹੀਂ ਸੈਟਲ ਹੁੰਦਾ। ਆਪਦੇ ਮਾਂ ਪਿਓ ਨੂੰ ਪਿਆਰ ਕਰਦਾ, ਉਹ ਬਾਲ ਨਹੀਂ ਕਟਾਉਂਦਾ, ਕਿਉਂਕਿ ਉਹਦੀ ਮਾਂ ਨੇ ਕਿਹਾ ਸੀ ਵੀ ਪੁੱਤ ਤੂੰ ਜੂੜਾ ਨਾ ਕਟਾਈ। ਆਪਦੀ ਮਾਂ ਤੋਂ ਉਹ ਆਪਦਾ ਜੂੜਾ ਬਣਾਉਂਦਾ ਅਤੇ ਉਹਨੂੰ ਨਹੀਂ ਲੋਕ ਜਰਦੇ ਤਾਂ ਸਾਨੂੰ ਕੋਲ ਜਰੂਗਾ। ਇਹ ਲੋਕਾਂ ਦੇ ਮਨਾਂ 'ਚ ਬਹੁਤ ਉਦਾਸੀਨ ਮੈਂ ਚਿਹਰੇ ਦੇਖੇ ਨੇ, ਜਿਹੜੇ ਲੋਕ ਹੁਣ ਪੰਜਾਬ ਨੂੰ ਛੱਡ ਕੇ ਨੌਜਵਾਨ ਸਾਡੇ ਬਾਹਰ ਜਾ ਰਹੇ ਨੇ। ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਸਾਥੀਓ ਕਿ ਇਕੱਲਾ ਬਾਹਰ ਜਾਣ ਦਾ ਸਾਡਾ ਇਹ ਹੱਲ ਨਹੀਂ ਹੋਣਾ। ਜੇ ਅਸੀਂ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਇਨਸਾਫ਼ ਦਵਾ ਦਈਏ ਤਾਂ ਅਸਲ ਸਾਡਾ ਆਉਣ ਵਾਲੇ ਸਮੇਂ 'ਚ, ਭਵਿੱਖ 'ਚ ਕਿਸੇ ਵੀ ਪਰਿਵਾਰ ਦੇ ਧੀ ਪੁੱਤ ਨਾਲ ਇਹੋ ਜਿਹੀ ਅਣਹੋਣੀ ਨਹੀਂ ਹੋਊਗੀ। ਪਰ ਜੇ ਅਸੀਂ ਇੱਥੇ ਚੁੱਪ ਕਰ ਗਏ, ਮੈਂ ਤਾਂ ਉਹਨਾਂ ਦੇ ਮਾਂ ਪਿਓ ਨੂੰ ਵੀ ਵੱਡੀ ਦਲੇਰੇ ਵਾਲੇ ਮੰਨਦਾ ਕਿ ਉਹਨਾਂ ਦੇ ਉੱਪਰ ਪਰਮਾਤਮਾ ਦੀ ਬਖਸ਼ਿਸ਼ ਹੈ। ਨਹੀਂ, ਇੱਕ ਇਕੱਲੇ ਪੁੱਤ ਦਾ ਜਾਣ ਨਾਲ ਮਾਂ ਪਿਓ ਢੇਰੀ ਹੋ ਜਾਂਦਾ। ਪਰ ਉਹਨਾਂ ਨੇ ਜੋ ਆਪਦਾ ਦੁੱਖ ਸੀਗਾ ਸਾਡੇ ਲੋਕਾਂ 'ਚ ਵੰਡਿਆ, ਸਾਡੇ 'ਚ ਵੰਡਿਆ, ਨਾ ਕਿ ਆਪਦੇ ਮਨ 'ਚ ਵਸਾਇਆ। ਇਸ ਲਈ ਅਸੀਂ ਪਰਮਾਤਮਾ ਅੱਗੇ ਉਹਨਾਂ ਦੀ ਚੜ੍ਹਦੀ ਕਲਾ ਦੀ ਵੀ ਅਰਦਾਸ ਬੇਨਤੀ ਵੀ ਕਰਦੇ ਹਾਂ। ਨਾਲ ਹੀ ਮੈਂ ਸਮੁੱਚੇ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਬਾਪੂ ਜੀ ਨੇ ਸਿੱਧੂ ਮੂਸੇਵਾਲ ਦੇ ਭੋਗ 'ਤੇ ਕਿਹਾ ਸੀ ਵੀ ਨੌਜਵਾਨੋ ਪੱਗਾਂ ਬੰਨ੍ਹ ਕੇ ਆਇਓ, ਅਤੇ ਥਾਂ ਥਾਂ ਨੌਜਵਾਨ ਮੁੰਡੇ
ਜਿੱਥੇ ਵੀ ਮੈਂ ਕਿਤੇ ਰੁਕਿਆ ਉਹ ਜਿਨ੍ਹਾਂ ਦੇ ਕੇਸ ਕੱਟੇ ਹੋਏ ਸਨ ਉਹ ਪੱਗਾਂ ਬੰਨ ਕੇ ਭੋਗ ਚ ਸ਼ਮੂਲੀਅਤ ਕੀਤੀ ਹੈ। ਉਸੇ ਤਰ੍ਹਾਂ ਨੌਜਵਾਨੋ ਤੁਹਾਨੂੰ ਅਪੀਲ ਹੈ ਕਿ ਕੱਲ੍ਹ ਅਸੀਂ 4 ਵਜੇ ਪਹੁੰਚੀਏ, ਉਹ ਮਾਂ ਪਿਓ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਈਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਜੇ ਅਸੀਂ ਇੱਕ ਪੁੱਤ ਖੋਇਆ ਤਾਂ ਸਾਡੇ ਲੱਖਾਂ ਪੁੱਤ ਪੈਦਾ ਹੋਵੇ। ਨਾਲ ਹੀ ਪੰਜਾਬ ਪੁਲਿਸ ਦੇ ਜਿਹੜੇ ਵੀ ਸੀਨੀਅਰ ਆਫਿਸਰਸ, ਮੈਂ ਛੋਟੇ ਦਰਜੇ ਦੇ ਜੋ ਅਫਸਰ ਸਾਹਿਬਾਨ ਨੇ ਉਹਨਾਂ ਦੀ ਨਹੀਂ ਗੱਲ ਕਰਦਾ, ਮੈਂ ਮੁਖੀਆਂ ਦੀ ਗੱਲ ਕਰਦਾ। SSP ਹੋ ਗਿਆ, ਇੰਟੈਲੀਜੈਂਸ ਦੇ ਹੋ ਗਏ ਮੁਖੀ ਤੇ DGP ਹੋ ਗਏ, ਉਹਨਾਂ ਨੂੰ ਵੀ ਸਾਨੂੰ ਕਟਹਿਰੇ ਚ ਖੜਾ ਕਰਨਾ ਪੈਣਾ ਤਾਂ ਕਿ ਜੋ ਉਹਨਾਂ ਦੀ ਬਣਦੀ ਢਿੱਲ ਹੈ, ਜੋ ਬਣਦੀ ਉਹਨਾਂ ਦੀ ਜ਼ਿੰਮੇਵਾਰੀ ਸੀ, ਉਹਨਾਂ ਤੋਂ ਵੀ ਉਹਨਾਂ ਨੇ ਕੁਤਾਹੀ ਵਰਤੀ ਹੈ, ਉਹਨਾਂ ਨੂੰ ਵੀ ਅਸੀਂ ਦੋਸ਼ੀ ਬਣਾਈਏ। ਅੰਤ ਚ ਮੈਂ ਸਮੁੱਚੇ ਨੌਜਵਾਨਾਂ ਨੂੰ, ਖਾਸ ਕਰਕੇ ਸੁਨਾਮ ਵਾਸੀਆਂ ਨੂੰ, ਸੁਨਾਮ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਸਿੱਧੂ ਮੂਸੇਵਾਲ ਦੇ ਭੋਗ ਤੇ ਇੱਕ ਵੱਡੇ ਇਕੱਠ ਦੇ ਰੂਪ ਚ ਅਸੀਂ ਉੱਥੇ ਪਹੁੰਚੇ ਸੀਗੇ। ਜਦੋਂ ਸਿੱਧੂ ਮੂਸੇਵਾਲ ਦਾ ਜਨਮ ਦਿਨ ਸੀ, ਅਸੀਂ ਉੱਥੇ ਛਬੀਲਾਂ ਲਾਈਆਂ ਨੇ ਸੁਨਾਮ ਦੀ ਧਰਤੀ ਤੇ। ਜਦੋਂ ਅਸੀਂ ਉਹਦਾ ਇਨਸਾਫ ਲੈਣਾ ਸੀ, ਇੱਕ ਵੱਡਾ ਇਕੱਠ ਅਸੀਂ ਰੋਸ ਮਾਰਚ ਵੀ ਰੱਖਿਆ ਸੀ। ਉਹ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਮੀਡੀਅਮ ਰਾਹੀਂ ਕਿ ਅਸੀਂ ਕੱਲ੍ਹ ਵੱਧੋ ਵੱਧ ਅਸੀਂ ਉੱਥੇ ਪਹੁੰਚੀਏ ਤੇ ਉਹ ਮਾਂ ਪਿਓ ਨਾਲ ਜਾ ਕੇ ਇਨਸਾਫ ਦਵਾਈਏ। ਦੂਜੀ ਗੱਲ, ਜਿਹੜਾ ਵੀ ਕੋਈ ਉੱਥੇ ਲੀਡਰ ਪਹੁੰਚਦਾ, ਮੇਰੀ ਖਾਸ ਕਰਕੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ, ਆਗੂਆਂ ਨੂੰ ਬੇਨਤੀ ਹੈ ਕਿ ਜਿਹੜਾ ਵੀ ਉੱਥੇ ਪਹੁੰਚੇਗਾ ਕਿਰਪਾ ਕਰਕੇ ਆਪਦੀ ਪਾਰਟੀਆਂ ਦੇ ਜਥੇਬੰਦੀਆਂ ਦੇ ਬਿੱਲੇ ਘਰੇ ਛੱਡ ਕੇ ਆਇਓ, ਕਿਰਪਾ ਕਰਕੇ ਉੱਥੇ ਬਿੱਲਾ ਲਾ ਕੇ ਮੂਹਰੇ ਮਾਈਕ ਨਾ ਫੜ ਲਿਓ, ਕਿਉਂਕਿ ਅਸੀਂ ਸਰਦਾ ਤੇ ਸਤਿਕਾਰ ਭੇਂਟ ਕਰਨੀ ਹੈ। ਸਾਡੀ ਅਗਵਾਈ ਸਿਰਫ ਕੇਵਲ ਬਾਪੂ ਬਲਕੌਰ ਸਿੰਘ, ਜੋ ਪਿਤਾ ਨੇ ਮਰਹੂਮ ਸਿੱਧੂ ਮੂਸੇਵਾਲ ਦੇ, ਜਾਂ ਉਹਨਾਂ ਦੀ ਮਾਤਾ ਜੀ ਕਰਨਗੇ। ਸਾਡੀ ਅਗਵਾਈ ਹੋਰ ਕੋਈ ਨਹੀਂ ਕਰ ਸਕਦਾ। ਸੋ ਕਿਰਪਾ ਕਰਕੇ ਤੁਸੀਂ ਆਪਦੇ ਬਿੱਲੇ ਬੈਚ ਘਰੇ ਲਾ ਕੇ ਆਇਓ ਤੇ ਇੱਕ ਸੰਗਤ ਦੇ ਰੂਪ ਚ, ਕਾਫਲੇ ਦੇ ਰੂਪ ਚ ਸਾਡੇ ਮਾਂ ਪਿਓ ਦੀ ਅਗਵਾਈ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।